ਪਰਮਿੰਦਰ ਸਿੰਘ ਜੀ, ਅੱਜ ਜਿਹੜਾ ਤੁਸੀਂ ਮੋਹਾਲੀ ਵਿਖੇ ਸੀਬੀਆਈ ਅਦਾਲਤ ਦੇ ਵਿੱਚ ਪਹੁੰਚੇ ਹੋ, ਕਿਉਂ ਕੀ ਕਾਰਨ ਹੈ ਅੱਜ ਤੁਸੀਂ ਇੱਥੇ ਜਿਹੜੇ ਆਏ ਹੋ? ਅਦਾਲਤ ਵਿੱਚ ਆਉਣ ਦਾ ਸਾਡਾ ਅੱਜ ਇਹ ਕਾਰਨ ਹੈ, 29 ਸਾਲ ਪਹਿਲਾਂ ਗੁਰਵਿੰਦਰ ਸਿੰਘ ਨਾਮ ਦਾ ਲੜਕਾ ਪਿੰਡ ਫੇਰੂਮਾਨ ਪੁੱਤਰ ਚੰਨਣ ਸਿੰਘ ਪੁਲਿਸ ਵਾਲਿਆਂ ਨੇ ਘਰੋਂ ਚੁੱਕ ਕੇ ਫੇਕ ਐਨਕਾਊਂਟਰ ਬਣਾਇਆ ਸੀ, ਜਿਸ ਦਾ 29 ਸਾਲ ਜਿਹੜਾ ਕੇਸ ਲਗਾਤਾਰ ਚੱਲਿਆ। ਉਸ ਤੋਂ ਬਾਅਦ ਅੱਜ ਇਨਸਾਫ ਹੋਇਆ, ਇਹ ਸਾਬਤ ਹੋਇਆ ਕਿ ਇਹ ਵਾਕਿਆ ਫੇਕ ਐਨਕਾਊਂਟਰ ਸੀ, ਸਹੀ ਐਨਕਾਊਂਟਰ ਜਿਹੜਾ ਇਹ ਨਹੀਂ ਸੀ। ਇਹ ਸਾਰੀ ਘਟਨਾਕ੍ਰਮ ਕਿਸ ਤਰ੍ਹਾਂ ਵਾਪਰਿਆ ਸੀਗਾ ਕਿ ਜਿਹੜਾ ਕਿ ਅੱਜ ਤੁਹਾਨੂੰ ਜਿਹੜਾ ਕਿ 29 ਸਾਲ ਬਾਅਦ ਇੱਕ ਇਨਸਾਫ ਦੀ ਪ੍ਰਾਪਤੀ ਹੋਈ? ਇਹ ਲਗਾਤਾਰ ਜਦੋਂ ਜਹਿਦ ਚੱਲਦੇ ਰਹੇ ਆ ਸਰਕਾਰਾਂ ਦੀ, ਆ ਕੁਝ ਇਹਨਾਂ ਨੂੰ ਗੌਰਮੈਂਟ ਵਾਲਿਆਂ ਨੂੰ ਕੁਝ ਸ਼ਹਿਆਂ ਵੀ ਹੁੰਦੀਆਂ ਨੇ, ਜਿਹਦੇ ਕਰਕੇ ਇਹ ਕਾਫੀ 17 ਸਾਲ ਘੱਟੋ ਘੱਟ 17 ਸਾਲ ਮੇਰੇ ਮੁਤਾਬਕ ਇਹ ਸਟੇ ਵੀ ਰਿਹਾ। ਫਿਰ ਵੀ ਚਲੋ ਚੱਲਿਆ ਕਿ ਚੱਲਣ ਦੇ ਨਾਲ ਭਾਈ ਜਗਜੀਤ ਸਿੰਘ ਜੀ ਵਕੀਲ ਸਾਹਿਬ ਇਹਨਾਂ ਦੀ ਸਹਾਇਤਾ ਦੇ ਨਾਲ ਵੀ ਕੇਸ ਅਸੀਂ ਇੱਥੇ ਚੰਡੀਗੜ੍ਹ ਆਉਂਦੇ ਰਹੇ, ਪਟਿਆਲੇ ਅਸੀਂ ਮੈਂ ਅਤੇ ਮੇਰੇ ਪਿਤਾ ਜੀ ਜਾਂਦੇ ਰਹੇ, ਲਗਾਤਾਰ ਅਸੀਂ ਕੇਸ ਦੀ ਪੈਰਵਾਈ ਕੀਤੀ ਆ, ਜਿਹਦਾ ਨਤੀਜਾ ਅੱਜ ਇਹ ਨਿਕਲਿਆ ਕਿ ਉਹਨਾਂ ਨੂੰ 10 ਸਾਲ ਦੀ ਕੈਦ ਜਿਹੜੀ ਉਹ ਸੁਣਾਈ ਗਈ ਹੈ ਅਮਰੀਕ ਸਿੰਘ ਨੂੰ, ਇਹ ਹਾਸੇ ਹੀ ਨੂੰ। ਠੀਕ ਹੈ, ਅਤੇ ਆਪਣਾ ਇੱਕ ਗੱਲ ਦੱਸੋ ਕਿ ਇਹ ਜਿਹੜਾ ਕਿ ਗੁਰਵਿੰਦਰ ਸਿੰਘ ਤੁਹਾਡੇ ਕੀ ਲੱਗਦੇ ਸੀਗੇ ਅਤੇ ਕਿਸ ਤਰ੍ਹਾਂ ਉਹਨਾਂ ਦਾ ਇਨਕਾਊਂਟਰ ਕੀਤਾ ਸੀ, ਕੀ ਉਹ ਸਾਰੀ ਕਹਾਣੀ ਕਿਸ ਤਰ੍ਹਾਂ ਸਾਰੀ ਚੱਲੀ ਸੀ? ਗੁਰਵਿੰਦਰ ਸਿੰਘ ਮੇਰੇ ਵੱਡੇ ਬ੍ਰਦਰ ਨੇ ਅਤੇ ਉਹ ਜਲੰਧਰ ਰਹਿੰਦੇ ਸੀ ਆਪਣੇ ਤਾਇਆ ਜੀ ਕੋਲ, ਉੱਥੋਂ ਹੀ ਇਹਨਾਂ ਨੂੰ ਫੜ ਕੇ ਮੇਰੇ ਪਿਤਾ ਜੀ ਨੂੰ ਪਹਿਲਾਂ ਘਰੋਂ ਲੈ ਕੇ ਗਏ, ਘਰੋਂ ਖੜ ਕੇ ਮੁੜ ਕੇ ਜਲੰਧਰੋਂ ਲੈ ਕੇ ਆਏ। ਕਿਹੜੇ ਸਾਲ ਦੇ ਵਿੱਚ ਫੜਿਆ ਸੀਗਾ? 90 ਦੀ ਗੱਲ ਹੈ, 1990 ਦੇ ਵਿੱਚ ਲੈ ਕੇ ਆਏ, ਥਾਣੇ ਵਿੱਚ ਇੱਕ ਹੀ ਕਮਰੇ ਦੇ ਵਿੱਚ ਰੱਖਦੇ ਨੇ, ਪਿਤਾ ਜੀ ਨੂੰ ਅਸੀਂ ਛਡਾ ਕੇ ਲੈ ਕੇ ਆਏ ਹਾਂ, ਮਤਲਬ ਜਿਹੜੀ ਪਿੰਡ ਦੀ ਪੰਚਾਇਤ ਹੈ, ਕਹਿੰਦੇ ਵੀ ਗੁਰਿੰਦਰ ਨੂੰ ਅਸੀਂ ਅਗਲੇ ਦਿਨ ਮਤਲਬ ਲੈ ਜਾਇਓ ਕਿਉਂਕਿ ਸਾਡੀ ਕੁਝ ਇਨਕੁਆਇਰੀ ਚੱਲ ਰਹੀ ਆ। ਜਦੋਂ ਅਗਲੇ ਦਿਨ ਲੈਣ ਗਈ ਹੈ ਪੰਚਾਇਤ ਅਤੇ ਉਹਨਾਂ ਨੇ ਇਹ ਕਿਹਾ ਵੀ ਉਹਦਾ ਰਾਤ ਇਨਕੁਆਇਰੀ ਹੋ ਗਿਆ, ਵੀ ਰਾਤ ਮੁਕਾਬਲਾ ਹੋ ਗਿਆ। ਕਿਹੜੇ ਪਿੰਡ ਦੀ ਪੰਚਾਇਤ ਲੈਣ ਗਈ ਸੀਗੀ? ਫੇਰੂਮਾਨ ਪਿੰਡ ਦੀ ਪੰਚਾਇਤ ਲੈਣ। ਤੇ ਕਿਹੜੇ ਥਾਣੇ 'ਚ ਇਹਨਾਂ ਰੱਖਿਆ ਸੀਗਾ? ਬਿਆਸ ਥਾਣੇ ਦੇ ਵਿੱਚ ਰੱਖਿਆ ਹੋਇਆ ਸੀ ਅਤੇ ਫੇਰੂਮਾਨ ਪੰਚਾਇਤ ਜਿਹੜੀ ਸਾਡੇ ਪਿੰਡ ਦੀ ਆ ਉਹੀ ਲੈਣ ਗਏ ਸੀ ਅਤੇ ਇਹਨਾਂ ਨੇ ਕਿਹਾ ਵੀ ਤੁਹਾਡੇ ਬੱਚੇ ਦਾ ਇਨਕੁਆਇਰੀ ਹੋ ਗਿਆ ਅਤੇ ਉਹਦੀ ਜਿਹੜੀਆਂ ਅਸਥੀਆਂ ਨੇ ਉਹ ਦੁਰਗਾਣਾ ਮੰਦਿਰ ਦੇ ਵਿੱਚ ਨੇ, ਉੱਥੋਂ ਤੁਹਾਨੂੰ ਮਿਲ ਜਾਣਗੀਆਂ, ਉੱਥੋਂ ਹੀ ਅਸਥੀਆਂ ਪ੍ਰਾਪਤ ਕੀਤੀਆਂ ਕਿ ਜੋ ਕਿਰਿਆ ਕਰਨੀ ਸੀ ਅਸੀਂ ਉਹਨਾਂ ਨੇ ਕੀਤੀ। ਅਤੇ ਗੁਰਵਿੰਦਰ ਸਿੰਘ ਦੀ ਉਸ ਟਾਈਮ ਉਮਰ ਕੀ ਸੀਗੀ? 20 ਸਾਲ ਦੀ ਉਮਰ ਸੀ। ਅਤੇ ਉਹਨਾਂ ਦੇ ਉੱਪਰ ਕੇਸ ਕੀ ਪਾਏ ਗਏ ਸੀਗੇ? ਕੁਛ ਵੀ ਨਹੀਂ, ਅਜੇ ਤੱਕ ਸਾਬਤ ਹੀ ਨਹੀਂ ਹੋ ਸਕਿਆ, ਪੁਲਿਸ ਵਾਲੇ ਸਾਬਿਤ ਹੀ ਨਹੀਂ ਕਰ ਸਕੇ ਉਹਨੂੰ ਕਿਹੜੇ ਕੇਸ ਵਿੱਚ ਫੜਿਆ, ਕਿਹੜੇ ਕੇਸ ਵਿੱਚ ਮਾਰਿਆ, ਅਜੇ ਤੱਕ ਉਹ ਦੱਸ ਹੀ ਨਹੀਂ ਸਕਦਾ। ਅਤੇ ਉਸ ਟਾਈਮ ਕਿਹੜਾ ASI ਸੀਗਾ ਜਿਹਦੇ ਜਿਹਨੂੰ ਅੱਜ ਸਜ਼ਾ ਹੋਈ ਆ? ਬੱਸਣ ਪਹਿਲਾਂ ਜਿਹੜਾ SHO ਸੀ ਉਹ ਬੱਸਣ ਸਿੰਘ ਸੀ, ਉਹਦੀ ਪਹਿਲਾਂ ਡੈਥ ਹੋ ਚੁੱਕੀ ਹੈ ਜੋ ਕੇਸ ਵਿੱਚ ਮੇਨ ਸੀ, ਫਿਰ ਇਹ ਅਮਰੀਕ ਸਿੰਘ ਸੀ ਜਿਹੜਾ ਇਹਨਾਂ ਨੂੰ ਅਗਵਾਹ ਕਰਕੇ ਜਲੰਧਰ ਤੋਂ ਲੈ ਕੇ ਗਿਆ ਸੀ। ਅੱਜ ਅਮਰੀਕ ਸਿੰਘ ਨੂੰ ਇਹ ਸਜ਼ਾ ਹੋਈ ਆ ਜਿਹੜੀ ਅੱਜ ਮਾਨਯੋਗ ਅਦਾਲਤ ਨੇ ਸੁਣਾਈ। ਅਤੇ ਹੁਣ ਤੁਸੀਂ ਕੀ ਕਹਿੰਦੇ ਹੋ, ਕੀ ਤੁਹਾਨੂੰ ਇਹ ਪੂਰਾ ਹੋ ਗਿਆ ਕਿ ਜਿਹੜਾ ਇਨਸਾਫ ਤੁਸੀਂ ਮੰਗਦੇ ਸੀ ਉਹ ਤੁਹਾਨੂੰ ਅੱਜ ਇਨਸਾਫ ਮਿਲਿਆ? 29 ਸਾਲ ਬਾਅਦ ਕਾਫੀ ਜਦੋਜਹਿਦ ਦੇ ਬਾਅਦ ਇਹ ਜੋ ਫੈਸਲਾ ਆਇਆ, ਅਸੀਂ ਫਿਰ ਵੀ ਮਾਨਯੋਗ ਅਦਾਲਤ ਦਾ ਜਿਹੜਾ ਧੰਨਵਾਦ ਕਰਦੇ ਹਾਂ, ਪਰ ਇਹੋ ਜਿਹੇ ਬੰਦਿਆਂ ਨੂੰ ਜਿਹੜੀ ਆ ਬਹੁਤ ਵੱਡੀ ਸਜ਼ਾ ਮਿਲਣੀ ਚਾਹੀਦੀ ਹੈ ਜਿਹੜੇ ਕਿਸੇ ਦੇ ਘਰ ਦੇ ਚਿਰਾਗ ਨੂੰ ਬੁਝਾ ਦਿੰਦੇ ਨੇ, ਅਤੇ ਬਹੁਤ ਵੱਡੀ ਸਜ਼ਾ ਇਹਨਾਂ ਨੂੰ ਮਿਲਣੀ ਚਾਹੀਦੀ ਜਿਹਦੇ ਵੱਲ ਵੇਖ ਕੇ ਹੋਰਨਾਂ ਨੂੰ ਵੀ ਇਹ ਪ੍ਰੇਰਨਾ ਮਿਲ ਸਕੇ ਕਿ ਧੱਕਾ ਕਿਸੇ ਨਾਲ ਨਹੀਂ ਕਰਨਾ ਚਾਹੀਦਾ। ਤੁਹਾਡੀ ਉਮਰ ਕਿੰਨੀ ਸੀ ਉਸ ਸਮੇਂ? ਮੇਰੀ ਉਮਰ ਉਦੋਂ ਤਕਰੀਬਨ 18 ਸਾਲ ਦੇ ਕਰੀਬ ਸੀ। ਅਤੇ ਪੁਲਿਸ ਨੇ ਤੁਹਾਨੂੰ ਨਹੀਂ ਤੰਗ ਕੀਤਾ? ਬਾਅਦ ਵਿੱਚ ਜਦੋਂ ਕੇਸ ਇਹ ਦਰਜ ਹੋ ਗਿਆ ਉਹਦੇ ਬਾਅਦ ਤਾਂ ਦਬਾਅ ਪਾਉਂਦੇ ਰਹੇ ਨੇ। ਕਿਸ ਤਰ੍ਹਾਂ ਦਾ ਦਬਾਅ ਪੈਂਦਾ ਰਿਹਾ ਤੁਹਾਡੇ ਦੇ? ਇਹੀ ਫਰਮਾਇਸ਼ ਕਿ ਨਾ ਕਿਤੇ ਆਪਣੇ ਬੰਦਿਆਂ ਦੀ ਕੋਈ ਨਾ ਕੋਈ ਫਰਮਾਇਸ਼ ਲਿਆੜ ਕੇ ਸਾਡੇ ਵਾਕੋ ਬੰਦੇ ਵੀ ਤੁਸੀਂ ਪੈਸੇ ਲੈ ਲਓ, ਤਰੀਕ ਦੇ ਨਾ ਜਾਓ, ਕੰਪਰੋਮਾਈਜ਼ ਕਰ ਲਓ। ਤੇ ਤੁਹਾਡੇ ਉੱਪਰ ਤਾਂ ਨਹੀਂ ਕੋਈ ਕੇਸ ਪਾਉਣ ਦਾ ਮਾਮਲਾ ਆਇਆ? ਇਹੋ ਜਿਹਾ ਨਹੀਂ ਕਦੀ ਵੀ ਕੁਛ ਹੋਇਆ ਵੀ ਮੈਨੂੰ ਵੀ ਮਤਲਬ ਕੇਸ ਪਾਉਣ ਦੀ ਮੇਰੇ 'ਤੇ ਕੋਸ਼ਿਸ਼ ਕੀਤੀ ਹੋਵੇ, ਕਿਉਂਕਿ ਅਸੀਂ ਵੀ ਚਲੋ ਪਿੰਡ ਵਿੱਚ ਠੀਕ ਠਾਕ ਰਹਿੰਦੇ ਹਾਂ, ਜੇ ਕੋਈ ਮੁਸ਼ਕਿਲ ਹੁੰਦੀ ਜਾਂ ਕਿਤੇ ਸਾਡਾ ਕਰੇ ਥਾਣੇ ਆਉਣ ਜਾਣ ਬਣ ਜਾਂਦਾ ਤਾਂ ਸ਼ਾਇਦ ਕਰ ਵੀ ਲੈਂਦੇ। ਮੈਂ ਤੁਹਾਨੂੰ ਇੱਕ ਇੱਥੇ ਇਹ ਵੀ ਗੱਲ ਦੱਸਣੀ ਚਾਹੁੰਦਾ ਵੀ ਇੱਕ ਤਾਂ ਮੇਰੇ ਭਰਾ ਦੇ ਨਾਲ ਧੱਕਾ ਕੀਤਾ ਗਿਆ, ਸਾਡੇ ਪਰਿਵਾਰ ਨਾਲ ਇਹ ਧੱਕਾ ਹੋਇਆ ਵੀ ਘਰ ਦਾ ਜੀ ਮਾਰਿਆ, ਦੂਸਰਾ ਮੈਂ ਵੀ ਪੁਲਿਸ ਵਿੱਚ SPO ਦੇ ਭਰਤੀ ਹੋਇਆ ਸੀ, ਉਦੋਂ ਨਵਾਂ ਸ਼ਹਿਰ ਬਣਿਆ ਸੀ, ਉਹ ਜ਼ਿਲ੍ਹਾ ਬਣਿਆ ਸੀ, ਉਸ ਵਾਸਤੇ ਭਰਤੀ ਕੀਤੀ ਗਈ ਸੀ ਪੁਲਿਸ ਵਿੱਚ, ਮੈਂ ਵੀ ਭਰਤੀ ਹੋਇਆ ਸੀ। 8 ਦਿਨ ਮੈਂ ਪੁਲਿਸ ਲੈਣ ਜਲੰਧਰ ਦੇ ਵਿੱਚ ਰਿਹਾ, ਉਹਦੇ ਬਾਅਦ ਮੇਰਾ ਇਹ ਟਰੰਕ ਤਾਂ ਚੁਕਾ ਦਿੱਤਾ ਗਿਆ, ਮੈਨੂੰ ਕੱਢ ਦਿੱਤਾ ਗਿਆ ਕਿ ਤੁਹਾਡਾ ਭਰਾ ਜਿਹੜਾ ਉਹ ਇਨਕਾਊਂਟਰ ਵਿੱਚ ਮਾਰਿਆ ਗਿਆ ਅਤੇ ਪੁਲਿਸ ਮੁਕਾਬਲੇ ਵਿੱਚ ਮਾਰਿਆ ਗਿਆ। ਅੱਜ ਇਹ ਸਾਬਤ ਹੋ ਗਿਆ ਕਿ ਉਹ ਇਨਕਾਊਂਟਰ ਵਿੱਚ ਨਹੀਂ ਸੀ ਮਰਿਆ, ਇਹਨਾਂ ਨੇ ਫੇਕ ਇਨਕਾਊਂਟਰ ਬਣਾ ਕੇ ਮਾਰ ਕੇ ਇੱਕ ਤਾਂ ਉਹਦੀ ਜ਼ਿੰਦਗੀ ਖਰਾਬ ਕੀਤੀ, ਦੂਸਰੀ ਮੇਰੀ ਵੀ ਜ਼ਿੰਦਗੀ ਜਿਹੜੀ ਹੈ ਇਹਨਾਂ ਨੇ ਮੇਰੀ ਨੌਕਰੀ ਖੋਹ ਕੇ, ਮੇਰੀ ਰੋਜ਼ੀ ਰੋਟੀ ਖੋਹ ਕੇ, ਸਾਡੇ 'ਤੇ ਵੀ ਕਾਫੀ ਭਾਰ
ਪਾਇਆ। ਤੇ ਜਿਵੇਂ ਤੁਸੀਂ ਦੱਸਿਆ ਕਿ ਤੁਹਾਨੂੰ ਵੀ ਜਿਹੜਾ ਕਿ 8 ਦਿਨਾਂ ਬਾਅਦ ਨੌਕਰੀ ਤੋਂ ਕੱਢ ਦਿੱਤਾ ਗਿਆ, ਸੋ ਇਸ ਤੋਂ ਇਲਾਵਾ ਹੋਰ ਕੋਈ ਐਸੀ ਘਟਨਾ ਹੋਵੇ ਜਿਹੜੀ ਤੁਹਾਡੇ ਪਰਿਵਾਰ ਨੂੰ ਇਹਨਾਂ ਨੇ ਤੰਗ ਕੀਤਾ ਹੋਵੇ, ਪੁਲਿਸ ਨੇ ਜਾਂ ਕਿਸੇ ਹੋਰ ਨੇ ਆਲੇ ਦੁਆਲੇ ਤੋਂ ਕੋਈ ਪ੍ਰੈਸ਼ਰ ਬਣਿਆ ਹੋਵੇ ਤੁਹਾਡੇ ਉੱਪਰ? ਹਾਂਜੀ, ਬਣਾਇਆ ਜਾਂਦਾ ਸੀ। ਆਪਣੇ ਜਿਹੜੇ ਵਾਕਫ ਸੀ, ਮੇਰੇ ਜਿਹੜੇ ਯਾਰ ਦੋਸਤ ਮਿੱਤਰ ਵੀ ਪੰਜਾਬ ਪੁਲਿਸ ਵਿੱਚ ਸੀ, ਕੁਛ ਮੇਰੇ ਨਾਲ ਵੀ ਭਰਤੀ ਹੋਏ ਸੀ, ਉਹਨਾਂ ਦੇ ਜ਼ਰੀਏ ਵੀ ਮੈਨੂੰ ਹੌਲੀ ਹੌਲੀ ਮਤਲਬ ਜਿਹੜਾ ਫਸਲਾਇਆ ਜਾਂਦਾ ਸੀ ਕਿ ਤੁਸੀਂ ਪੈਸੇ ਲੈ ਲਓ, 3.5 ਲੱਖ ਲੈ ਲਓ, 4 ਲੈ ਲਓ, 5 ਲੈ ਲਓ, 10 ਲੈ ਲਓ, ਕਾਫੀ ਮਤਲਬ ਬਸੰਤ ਸਿੰਘ ਵੱਲੋਂ ਜਾਂ ਇਹਨਾਂ ਵੱਲੋਂ ਮੇਰੇ 'ਤੇ ਪ੍ਰਭਾਵ ਪਾਇਆ ਜਾਂਦਾ ਸੀ। ਪਰ ਅਸੀਂ ਜਦੋਂ ਜਿਹਾ ਦੀ ਕੋਈ ਰੱਖੀ ਸੀ ਕਿ ਸਾਡਾ ਬੰਦਾ ਗਿਆ, ਇਹਦਾ ਇਨਸਾਫ ਅਸੀਂ ਅਦਾਲਤ ਕੋਲੋਂ ਲੈਣਾ, ਜੋ ਅਦਾਲਤ ਕਰੇਗੀ ਵੇਖਾਂਗੇ। ਅਤੇ ਜ਼ੋਰ ਲਾ ਕੇ ਅਸੀਂ ਅੱਜ 38 ਸਾਲਾਂ ਬਾਅਦ ਇਹ ਫੈਸਲਾ ਅੱਜ ਸਾਨੂੰ ਸੁਣਾਇਆ ਗਿਆ। ਜਗਜੀਤ ਸਿੰਘ ਜੀ, ਅੱਜ ਜਿਹੜੀ ਆ ਕਿ CBI ਅਦਾਲਤ ਵੱਲੋਂ ASI ਅਮਰੀਕ ਸਿੰਘ ਨੂੰ ਸਜ਼ਾ ਸੁਣਾਈ ਗਈ 10 ਸਾਲ ਦੀ, ਕੀ ਸੀ ਇਹ ਸਾਰਾ ਮਾਮਲਾ ਅਤੇ ਕਿੰਨੇ ਸਮੇਂ ਬਾਅਦ ਜਿਹੜੀ ਆ ਕਿ ਅੱਜ ਉਹਨੂੰ ਸਜ਼ਾ ਸੁਣਾਈ ਗਈ ਅਤੇ ਨਾਲ ਪਤਾ ਲੱਗਾ ਕਿ ਉਹਨੂੰ ਕੁਝ ਜੁਰਮਾਨਾ ਵੀ ਲਗਾਇਆ? ਜੀ, ਇਹ ਫੇਕ ਐਨਕਾਊਂਟਰ ਦਾ ਮਾਮਲਾ ਸੀ। July 1992 ਦੇ ਵਿੱਚ ਪਿੰਡ ਫਿਰੂਮਾਨ ਸੀ ਅੰਮ੍ਰਿਤਸਰ ਜ਼ਿਲ੍ਹੇ ਦਾ, ਉੱਥੋਂ ਦੇ ਚੰਨਣ ਸਿੰਘ ਦਾ ਲੜਕਾ ਦਰਵਿੰਦਰ ਸਿੰਘ ਜਿਹੜਾ, ਉਹ ਪੁਲਿਸ ਨੇ ਜਲੰਧਰ ਤੋਂ ਚੁੱਕਿਆ ਅਤੇ 2 ਦਿਨ ਅੰਨਾ ਤਸ਼ੱਦਦ ਕਰਨ ਤੋਂ ਬਾਅਦ ਉਹਦਾ ਝੂਠਾ ਪੁਲਿਸ ਮੁਕਾਬਲਾ ਬਣਾ ਕੇ ਜਿਹੜੀ ਉਹਦੀ ਲਾਸ਼ ਵੀ ਉਹਦਾ ਸੰਸਕਾਰ ਕਰ ਦਿੱਤਾ ਗਿਆ, ਅਣਪਛਾਤੀ ਅਤੇ ਅਨਕਲੇਮਡ ਕਹਿ ਕੇ, ਵੀ ਜਿਹੜਾ ਵਾ ਪਰਿਵਾਰ ਨੂੰ ਲਾਸ਼ ਤੱਕ ਨਹੀਂ ਦਿੱਤੀ ਗਈ। ਉਸੇ ਅਰਸੇ ਦੌਰਾਨ ਹੀ ਜਦੋਂ ਜਸਵੰਤ ਸਿੰਘ ਖਾਲੜਾ ਵੀ ਲਾਪਤਾ ਹੋ ਗਏ, ਉਹਨਾਂ ਦਾ ਕੇਸ ਸੁਪਰੀਮ ਕੋਰਟ ਤੱਕ ਪਹੁੰਚਿਆ ਅਤੇ ਜਿਹੜੀ ਉਸ ਪਟੀਸ਼ਨ ਦੇ ਵਿੱਚੋਂ CBI ਨੂੰ ਇਨਵੈਸਟੀਗੇਟ ਇਹ ਕੇਸ ਕਰਨ ਲਈ ਕਿਹਾ ਗਿਆ, ਉਹਨਾਂ ਕੇਸਾਂ ਦੇ ਵਿੱਚੋਂ ਹੀ ਇੱਕ ਕੇਸ ਸੀ। ਇਹਦੀ ਜਿਹੜੀ FIR ਹੈ CBI ਨੇ 1997 ਦੇ ਵਿੱਚ ਰਜਿਸਟਰਡ ਕੀਤੀ ਸੀ ਅਤੇ ਸਨ 2000 ਦੇ ਵਿੱਚ ਇਹਦਾ ਜਿਹੜੀ ਚਾਰਜਸ਼ੀਟ ਫਾਈਲ ਕੀਤੀ। ਉਸ ਤੋਂ ਬਾਅਦ ਇਹ 2001 ਦੇ ਵਿੱਚ ਇਹ ਕੇਸ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚੋਂ ਸਟੇਅ ਹੋ ਗਿਆ ਅਤੇ ਉਸ ਤੋਂ ਬਾਅਦ ਸੁਪਰੀਮ ਕੋਰਟ ਦੇ ਵਿੱਚ ਵੀ ਕੁਛ ਟਾਈਮ ਇਹ ਸਟੇਅ ਰਿਹਾ 2017 ਤੱਕ। 2017 ਦੇ ਵਿੱਚ ਜਦੋਂ ਇਹ ਸਟੇਅ ਖਤਮ ਹੋਇਆ, ਉਸ ਤੋਂ ਬਾਅਦ ਜਿਹੜੀ ਇਹਦੀ ਪ੍ਰੋਸੀਡਿੰਗ ਇੱਥੇ ਮੋਹਾਲੀ CBI ਕੋਰਟ ਦੇ ਵਿੱਚ ਸ਼ੁਰੂ ਹੋਈ, ਜਿਹੜਾ ਇਹਦਾ ਐਵੀਡੈਂਸ ਸੀ ਉਹ ਕੰਪਲੀਟ ਹੋਇਆ ਅਤੇ ਅੱਜ ਉਹਦਾ ਫੈਸਲਾ ਆਇਆ ਜਿਹੜਾ ਕਿ ਅਮਰੀਕ ਸਿੰਘ ਨੂੰ ਸਜ਼ਾ ਹੋਈ ਆ 364 ਅਤੇ 342 ਦੇ ਵਿੱਚ, ਅਤੇ ਜਿਹੜਾ ਇੱਕ ਅਕਿਊਜ਼ਡ ਹੋਰ ਸੀ ਬਸੰਤ ਸਿੰਘ SHO, ਉਹਦੀ ਜਿਹੜੀ ਪਹਿਲਾਂ ਟ੍ਰਾਇਲ ਦੇ ਦੌਰਾਨ ਮੌਤ ਹੋ ਚੁੱਕੀ। ਇਹ ਜਿਹੜਾ ਕੇਸ ਸੀ ਇਹ ਹੈਗਾ ਸੀ ਫੇਕ ਐਨਕਾਊਂਟਰ ਦਾ, ਪਰ ਜਿਹੜੀ ਅਮਰੀਕ ਸਿੰਘ ਨੂੰ ਸਜ਼ਾ ਹੋਈ ਹੈ ਇਹ ਉਹਨੂੰ ਦਰਵਿੰਦਰ ਸਿੰਘ ਨੂੰ ਅਗਵਾ 364 ਦੇ ਵਿੱਚ ਹੋਈ ਆ ਅਬਡਕਸ਼ਨ ਦੇ ਵਿੱਚ, ਜਦੋਂ ਕਿ ਜਿਹੜੇ CBI ਨੇ ਚਾਰਜਸ਼ੀਟ ਦੇ ਵਿੱਚ ਜਿਹੜੇ ਫੇਕ ਐਨਕਾਊਂਟਰ ਦੀ ਪੁਲਿਸ ਵੱਲੋਂ FIR ਬਣਾਈ ਗਈ ਸੀ ਬਿਆਸ ਥਾਣੇ ਦੀ, ਉਹਦੇ ਵਿੱਚ 27 ਪੁਲਿਸ ਮੁਲਾਜ਼ਮ ਜਿਹੜੇ ਸ਼ਾਮਲ ਸੀ, ਜਿਨ੍ਹਾਂ ਦੇ ਵਿੱਚੋਂ ਸਿਰਫ ਇੱਕ ਬਸੰਤ ਸਿੰਘ ਨੂੰ ਹੀ ਚਾਰਜਸ਼ੀਟ ਦੇ ਵਿੱਚ ਸ਼ਾਮਲ ਕੀਤਾ ਗਿਆ ਸੀ, ਬਾਕੀਆਂ ਨੂੰ ਥਾਣਾ ਨੰਬਰ 2 ਦੇ ਵਿੱਚ ਰੱਖਿਆ ਸੀ। ਇਸ ਕਰਕੇ ਜਿਹੜੀ ਆ ਇਹ 29 ਸਾਲ ਇਹ ਫੈਸਲਾ ਜਿਹੜਾ 29 ਸਾਲ ਬਾਅਦ ਅੱਜ ਆਇਆ ਵਾ ਅਤੇ ਇਹਨੂੰ 10 ਸਾਲ ਦੀ ਸਜ਼ਾ ਹੋਈ ਆ, ਜਿਹੜੀ ਕਿ ਇੱਕ ਪਰਿਵਾਰ ਦੇ ਨਾਲ ਮਜ਼ਾਕ ਆ, 29 ਸਾਲ ਦੇ ਲੰਬੇ ਸਫ਼ਰ ਤੋਂ ਬਾਅਦ ਇੰਨੇ ਪੂਰਾ ਜਿਹੜੀ ਆ ਉਹਦੇ ਵਿੱਚ ਉੱਪਰਲੇ ਲੈਵਲ ਦੇ ਆਫਿਸਰ ਸ਼ਾਮਲ ਹੋਣ ਅਤੇ ਇੱਕ ASI ਰੈਂਕ ਦੇ ਬੰਦੇ ਨੂੰ ਜਿਹੜੀ ਸਜ਼ਾ ਹੋ ਜਾਵੇ, ਇਹ ਵੀ ਇੱਕ ਹਾਸੋਹੀਣ ਦੀ ਗੱਲ। ਅੱਛਾ ਜਗਜੀਤ ਸਿੰਘ ਜੀ, ਜਿਵੇਂ ਤੁਸੀਂ ਦੱਸਿਆ ਕਿ 29 ਸਾਲ ਬਾਅਦ ਸਜ਼ਾ ਮਿਲੀ ਹੈ ਅਤੇ ਇਹਦੇ ਵਿੱਚ ਜਿਹੜੀ ਆ 10 ਸਾਲ ਦੀ ਸਜ਼ਾ ਹੋਈ ਹੈ ਅਤੇ ਜੁਰਮਾਨਾ ਕਿੰਨਾ ਕੀਤਾ ਗਿਆ ਅਤੇ ਕਿਹੜੇ ਕਿਹੜੇ ਕੇਸਾਂ ਦੇ ਵਿੱਚ ਜਿਹੜਾ ਜੁਰਮਾਨਾ ਕੀਤਾ ਗਿਆ? ਇਹਦੇ ਵਿੱਚ ਜਿਹੜਾ 342 ਸੈਕਸ਼ਨ ਨੇ ਉਹਦੇ 'ਚ 1 ਸਾਲ ਸਜ਼ਾ ਅਤੇ 1000 ਰੁਪਈਆ ਜੁਰਮਾਨਾ, 364 ਦੇ ਵਿੱਚ 10 ਸਾਲ ਸਜ਼ਾ ਅਤੇ 20000 ਰੁਪਈਆ ਜਿਹੜਾ ਜੁਰਮਾਨਾ ਕੋਰਟ ਵੱਲੋਂ ਕੀਤਾ ਗਿਆ ਵਾ, ਜਿਹੜੀ ਕਿ ਅਸੀਂ ਇਸ ਦੀ ਅਪੀਲ ਜਿਹੜੀ ਆ ਹਾਈ ਕੋਰਟ ਦੇ ਵਿੱਚ ਪਾਵਾਂਗੇ, ਇਸ ਤੋਂ ਵੱਧ ਸਜ਼ਾ ਦੀ ਮੰਗ ਕਰਾਂਗੇ। ਅਤੇ ਜਿਹੜੇ ਬਾਕੀ FIR ਦੇ ਵਿੱਚ ਪੁਲਿਸ ਮੁਲਾਜ਼ਮ ਸ਼ਾਮਲ ਸੀ ਫੇਕ ਐਨਕਾਊਂਟਰ ਦੇ ਵਿੱਚ, ਅਸੀਂ ਇੱਥੇ 319 ਵੀ ਫਾਈਲ ਕੀਤੀ ਸੀ ਜਿਹੜੀ CBI ਕੋਰਟ ਨੇ ਡਿਸਮਿਸ ਕਰ ਦਿੱਤੀ ਆ, ਉਹਦੀ ਅਸੀਂ ਜਿਹੜੀ ਅਪੀਲ ਆ ਸਾਡੀ ਹਾਈ ਕੋਰਟ ਦੇ ਵਿੱਚ ਪੈਂਡਿੰਗ ਕਰ। ਅੱਛਾ ਜਗਜੀਤ ਸਿੰਘ ਜੀ, ਜਦੋਂ ਗੁਰਵਿੰਦਰ ਸਿੰਘ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀਗਾ
ਤੇ ਉਹਦੇ ਨਾਲ ਪਤਾ ਲੱਗਾ ਕਿ ਉਹਦੇ ਪਿਤਾ ਜੀ ਸੀਗੇ ਤੇ ਉਹ ਫਿਰ ਕਿਸ ਤਰ੍ਹਾਂ ਬਾਹਰ ਆਏ ਸਨ। ਦੇਖੋ ਇਹ ਜਿਹੜਾ ਅਮਰੀਕ ਸਿੰਘ ਨੂੰ ਅੱਜ ਸਜ਼ਾ ਹੋਈ ਆ, ਇਹਨੇ ਉਸ ਟਾਈਮ ਪਿੰਡ ਫੇਰੂਮਾਨ ਦੇ ਵਿੱਚ ਰੇਡ ਕੀਤੀ ਸੀ ਤੇ ਉੱਥੋਂ ਜਿਹੜਾ ਗੁਰਵਿੰਦਰ ਸਿੰਘ ਦਾ ਪਿਤਾ ਸੀ ਚੰਨਣ ਸਿੰਘ, ਉਹਨੂੰ ਉਹਦੇ ਘਰੋਂ ਅਰੈਸਟ ਕੀਤਾ ਤੇ ਉਹਨੂੰ ਪੁੱਛਿਆ ਵੀ ਤੇਰਾ ਲੜਕਾ ਗੁਰਵਿੰਦਰ ਸਿੰਘ ਕਿੱਥੇ ਆ। ਉਹਦੇ ਦੱਸਣ ਮੁਤਾਬਕ ਹੀ ਜਿਹੜਾ ਗੁਰਵਿੰਦਰ ਸਿੰਘ ਸੀ ਉਹ ਆਪਣੇ ਤਾਏ ਕੋਲ ਜਲੰਧਰ ਰਹਿੰਦਾ ਸੀ ਤੇ ਇਹਨੇ ਚੰਨਣ ਸਿੰਘ ਨੂੰ ਨਾਲ ਲੈ ਕੇ ਜਲੰਧਰ ਤੋਂ ਉਹਦੇ ਤਾਏ ਦੇ ਘਰੋਂ ਉਹਨੂੰ ਨਾਲ ਅਰੈਸਟ ਕਰਕੇ ਥਾਣਾ ਬਿਆਸ ਲੈ ਗਏ ਤੇ ਦੋਵਾਂ ਨੂੰ ਇੱਕੋ ਹਵਾਲਾਤ ਦੇ ਵਿੱਚ ਰੱਖਿਆ ਤੇ ਦੋ ਦਿਨ ਉਹਨਾਂ ਦੇ ਉੱਤੇ ਤਸ਼ੱਦਦ ਕਰਦੇ ਰਹੇ। ਉਸ ਤੋਂ ਬਾਅਦ ਜਿਹੜੀ ਪਿੰਡ ਫੇਰੂਮਾਨ ਦੀ ਪੰਚਾਇਤ ਤੇ ਹੋਰ ਬਹੁਤ ਵਾਰ ਬੰਦੇ ਜਿਹੜੇ ਆ ਥਾਣਾ ਬਿਆਸ ਗਏ ਤੇ ਜਿਹੜਾ ਚੰਨਣ ਸਿੰਘ ਨੂੰ ਉਹਨਾਂ ਨੇ ਉੱਥੋਂ ਛਡਾਇਆ ਤੇ ਗੁਰਵਿੰਦਰ ਸਿੰਘ ਨੂੰ ਐਸ ਐਚ ਓ ਬਸਨ ਸਿੰਘ ਨੇ ਇਹ ਕਹਿ ਕੇ ਛੱਡਣ ਤੋਂ ਇਨਕਾਰ ਕਰ ਦਿੱਤਾ ਵੀ ਅਜੇ ਇਹਦੇ ਕਿਸੇ ਹੋਰ ਕੇਸ ਦੇ ਵਿੱਚ ਪੁੱਛਗਿੱਛ ਕਰਨੀ ਆ ਤੇ ਇਹਨੂੰ ਕੱਲ੍ਹ ਆਣ ਕੇ ਲੈ ਜਾਓ। ਉਸ ਤੋਂ ਬਾਅਦ ਜਦੋਂ ਫਿਰ ਦੁਬਾਰਾ ਪੰਚਾਇਤ ਅਗਲੇ ਦਿਨ ਥਾਣੇ ਗਈ ਤੇ ਉਹਨਾਂ ਨੂੰ ਇਹ ਕਹਿ ਦਿੱਤਾ ਗਿਆ ਵੀ ਜਿਹੜਾ ਗੁਰਵਿੰਦਰ ਸਿੰਘ ਆ ਉਹਨੂੰ ਉਹ ਜਿਹੜਾ ਵਾ ਪੁਲਿਸ ਮੁਕਾਬਲੇ ਦੇ ਵਿੱਚ ਮਾਰਿਆ ਗਿਆ ਤੇ ਉਹਦਾ ਜਿਹੜਾ ਸੰਸਕਾਰ ਆ ਉਹ ਦੁਰਗਿਆਣਾ ਮੰਦਿਰ ਅੰਮ੍ਰਿਤਸਰ ਦੇ ਵਿੱਚ ਕਰ ਦਿੱਤਾ ਗਿਆ, ਉੱਥੋਂ ਜਾ ਕੇ ਤੁਸੀਂ ਫੁੱਲ ਲੈ ਆਓ। ਇਹ ਸਾਰੀ ਇਸ ਕੇਸ ਦੀ ਕਹਾਣੀ। ਤੇ ਜਗਜੀਤ ਸਿੰਘ ਜੀ, ਕੁੱਲ ਮਿਲਾ ਕੇ ਇਸ ਤਰ੍ਹਾਂ ਦੇ ਹੋਰ ਕਿੰਨੇ ਕੇਸ ਅਜੇ ਤੱਕ ਪੈਂਡਿੰਗ ਨੇ ਜਿਹੜੇ ਹੁਣ ਜਿਹੜੇ ਨਵੇਂ ਸਿਰੋਂ ਦੁਬਾਰਾ ਸ਼ੁਰੂ ਹੋਣਗੇ? ਦੇਖੋ ਜਿਹੜੇ ਇੱਥੇ 3 CBI ਕੋਰਟਾਂ ਦੇ ਵਿੱਚ 25 ਦੇ ਕਰੀਬ ਜਿਹੜੇ CBI ਵੱਲੋਂ ਕੇਸ ਰਜਿਸਟਰਡ ਕੀਤੇ ਗਏ ਸੀ ਉਹ ਅਜੇ ਪੈਂਡਿੰਗ ਚੱਲ ਰਹੇ ਆ। 12 ਕੇਸਾਂ ਦਾ ਸਟੇ ਤੇ ਅਜੇ ਥੋੜ੍ਹੇ ਦਿਨ ਪਹਿਲਾਂ ਹੀ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚੋਂ ਵਕੇਟ ਹੋਇਆ ਵਾ ਤੇ 2 ਕੇਸਾਂ ਦੇ ਵਿੱਚ ਅਜੇ ਸਟੇ ਜਿਹੜਾ ਵਾ ਹਾਈ ਕੋਰਟ ਦੇ ਵਿੱਚ ਪੈਂਡਿੰਗ ਚੱਲ ਰਿਹਾ। ਇਸ ਕਰਕੇ 27 ਦੇ ਕਰੀਬ ਜਿਹੜੇ ਕੇਸ ਆ ਅਜੇ ਪੈਂਡਿੰਗ ਚੱਲ ਰਹੇ ਆ। 1-2 ਦਾ ਫੈਸਲਾ ਬਹੁਤ ਜਲਦੀ ਹੋ ਰਿਹਾ ਆਉਣ ਵਾਲਾ। ਪੁਸ਼ਪਿੰਦਰ ਸਿੰਘ ਜੀ, ਜਿਹੜਾ ਕਿ ਅੱਜ ਅਮਰੀਕ ਸਿੰਘ ਨੂੰ ਜਿਹੜੀ ਸਜ਼ਾ ਹੋਈ ਆ ASI ਨੂੰ ਤੇ, ਪਰ ਉਸ ਤੋਂ ਇਲਾਵਾ ਜਿਹੜਾ ਪੀੜਤ ਪਰਿਵਾਰ ਆ ਗੁਰਵਿੰਦਰ ਸਿੰਘ ਦਾ, ਕੀ ਉਹਨੂੰ ਸਰ ਕੋਈ ਮੁਆਵਜ਼ਾ ਮਿਲਿਆ? ਅਸੀਂ ਇਹ ਗੱਲ ਕੰਪਨਸੇਸ਼ਨ ਦੀ ਕੋਰਟ ਦੇ ਵਿੱਚ ਪਲੀਡ ਕੀਤੀ ਹੈ ਤੇ ਉਹ ਜਜਮੈਂਟ ਦੇ ਵਿੱਚ ਜਸਨ ਨੇ ਕਿਹਾ ਕਿ ਡਿਸਟ੍ਰਿਕਟ ਲੀਗਲ ਸਰਵਿਸਿਸ ਨੂੰ ਤੁਸੀਂ ਅਪਰੋਚ ਕਰੋ ਪ੍ਰੋਪਰ ਵੇ ਆਫ ਲੀਗਲ ਪ੍ਰੋਸੀਡਿੰਗ ਦੇ ਅਪਲੀਕੇਸ਼ਨ। ਉੱਥੇ ਅਸੀਂ ਆਪਣੀ ਇਹ ਸਾਰੀ ਗਰੀਵੈਂਸ ਦੱਸਾਂਗੇ ਕਿ 29 ਸਾਲ ਜਿਹੜਾ ਮਾਮਲਾ ਕੀ ਹੈ, ਜਿਹੜੇ ਉਹਨਾਂ ਨੇ ਸਫ਼ਰ ਕੀਤਾ 29 ਸਾਲ ਤੇ ਉੱਥੇ ਇਹਨਾਂ ਨੂੰ ਕੀ ਡੈਮੇਜਸ ਹੈਗੇ ਨੇ, ਅਸੀਂ ਸਾਰੇ ਉੱਥੋਂ ਕਲੇਮ ਕਰਾਂਗੇ। ਤੇ ਇਸੇ ਤਰ੍ਹਾਂ ਦੇ ਜਿਹੜੇ ਹੋਰ ਵੀ ਕੇਸ ਹੋਏ ਨੇ ਉਹਨਾਂ ਦੇ ਵਿੱਚ ਕਿੰਨੇ ਕੁ ਪਰਿਵਾਰਾਂ ਨੂੰ ਅੱਜ ਤੱਕ ਜਿਹੜਾ ਕਿ ਮੁਆਵਜ਼ਾ ਮਿਲ ਸਕਦਾ? ਉਹਨਾਂ ਦੇ ਵਿੱਚ ਦੇਖੋ ਹਰ ਕੇਸ ਦੇ ਵਿੱਚ ਤਾਂ ਹੁਣ ਤੋਂ ਪਿੱਛੇ ਥੋੜ੍ਹੇ ਦਿਨ ਦੇਖੋ 1 ਮਹੀਨਾ ਦੇ ਵਿੱਚ CBI ਵਰਸਸ ਜਸਪਾਲ ਸਿੰਘ ਕੇਸ ਸੀ, ਉਹਦੇ ਵਿੱਚ ਪਰਿਵਾਰ ਨੂੰ 4.5 ਲੱਖ ਰੁਪਏ ਮੁਆਵਜ਼ਾ ਮਿਲਿਆ। ਉਹਨਾਂ ਨੇ ਆ ਕੇ ਇੱਥੇ ਕੋਰਟ ਤੋਂ ਰਿਸੀਵ ਕੀਤਾ, ਉਹ ਐਸ ਪਰ ਆਰਡਰ ਹੋਇਆ ਸੀ, ਬਟ ਉਹਦੇ ਵਿੱਚ ਕੋਈ ਇੱਦਾਂ ਦੀ ਪ੍ਰੋਵੀਜ਼ਨ ਨਹੀਂ ਸੀ, ਇਹ ਡਿਫਰੈਂਟ ਪ੍ਰੋਵੀਜ਼ਨ ਉਹਨਾਂ ਨੇ ਲੀਗਲ ਪ੍ਰੋਸੈਸ ਦੇ ਅਕੋਰਡਿੰਗ।